ਅੱਜ ਦਾ ਵਿਸ਼ਾ ਆ ਪ੍ਰਾਰਥਨਾ ਕਰਨੀ ਜ਼ਰੂਰੀ ਆ। ਪ੍ਰਾਰਥਨਾ ਕਰਨੀ, ਕਿੰਨੇ ਜਾਣੇ ਪ੍ਰਾਰਥਨਾ ਕਰਦੇ ਨੇ? ਆਈਏ ਵਚਨ ਦੇ ਵਿੱਚ ਜਾਵਾਂਗੇ। ਪਹਿਲਾ ਇਤਿਹਾਸ 4 ਬਾਪ ਉਹਦੀ 9 ਐਟ ਪੜਾਂਗੇ। ਅਤੇ ਯਾਬੇਸ਼ ਆਪਣੇ ਭਰਾਵਾਂ ਨਾਲੋਂ ਪਤਵੰਤ ਸੀ, ਅਤੇ ਉਹਦੀ ਮਾਤਾ ਨੇ ਇਹ ਆਖੇ ਉਹਦਾ ਨਾਮ ਯਾਬੇਸ਼ ਰੱਖਿਆ, ਭਈ ਮੈਂ ਉਹਨੂੰ ਦੁੱਖ ਨਾ ਜਣਿਆ। ਅਤੇ ਯਾਬੇਸ਼ ਨੇ ਇਸਰਾਇਲ ਦੇ ਪਰਮੇਸ਼ਰ ਅੱਗੇ ਬੇਨਤੀ ਕਰਕੇ ਆਖਿਆ, ਕਾਸ਼ ਕਿ ਤੂੰ ਮੈਨੂੰ ਸੱਚਮੁੱਚ ਬਰਕਤ ਦਿੰਦਾ ਤੇ ਮੇਰੇ ਹੱਥਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਲੈਂਦਾ। ਜਦੋਂ ਪਰਮੇਸ਼ਰ ਦਾ ਵਚਨ ਆਉਂਦਾ, ਵਚਨ ਦੇ ਜ਼ਰੀਏ ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਆਉਂਦੇ ਨੇ। ਅੱਜ ਦੇ ਵਚਨ ਦਾ ਆਧਾਰ ਔਰ ਪ੍ਰਭੂ ਯਿਸੂ ਮਸੀਹ ਦਾ ਹੱਥਾਂ ਦਾ ਤਾੜੀ ਮਾਰ ਕੇ ਸਵਾਗਤ ਕਰਾਂਗੇ। ਥੈਂਕ ਯੂ ਜੀਸਸ। ਸਭ ਆਪਣੀ ਜਗ੍ਹਾ ਤੇ ਬੈਠ ਜਾਈਏ, ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਜਿਹੜਾ ਯਾਬੇਸ਼ ਸੀ ਉਹ ਆਪਣੇ ਸਭਨਾ ਭਰਾਵਾਂ ਦੇ ਨਾਲੋਂ ਕੀ ਸੀ? ਪਤਵੰਤਾ ਸੀ, ਯਾਨੀ ਕਿ ਉਹਦਾ ਆਦਰ ਮਾਨ ਸੀ। ਔਰ ਉਹਨੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ਰ, ਤੂੰ ਮੇਰੀਆਂ ਹੱਦਾਂ ਨੂੰ ਵਧਾ ਔਰ ਮੈਨੂੰ ਬਰਕਤ ਦੇ, ਔਰ ਤੇਰਾ ਹੱਥ ਸਦਾ ਮੇਰੇ ਤੇ ਕੀ ਹੋਵੇ, ਬਣਿਆ ਰਹੇ। ਔਰ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ, ਉਹਦੀਆਂ ਹੱਥਾਂ ਨੂੰ ਵਧਾਇਆ, ਉਹਦੇ ਰਾਜ ਨੂੰ ਵਧਾਇਆ, ਉਹਦੀ ਤਰੱਕੀ ਨੂੰ ਖੋਲ ਦਿੱਤਾ ਪਰਮੇਸ਼ਰ ਨੇ। ਜਿਸ ਸਮੇਂ ਤੁਸੀਂ ਪ੍ਰਾਰਥਨਾ ਕਰਦੇ ਹੋ, ਪਰਮੇਸ਼ਰ ਤੁਹਾਡੇ ਰਸਤਿਆਂ ਨੂੰ ਖੋਲਦਾ, ਬਾਹਰ ਜਾਣ ਵਾਸਤੇ ਰਸਤਿਆਂ ਨੂੰ ਖੋਲਦਾ, ਤੁਹਾਡੇ ਹੱਥਾਂ ਨੂੰ ਬਰਕਤ ਦਿੰਦਾ, ਤੁਹਾਡੇ ਬਿਜ਼ਨਸ ਨੂੰ ਬਰਕਤ ਦਿੰਦਾ ਜਦੋਂ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੰਦੇ ਹੋ। ਅੱਜ ਬਹੁਤ ਸਾਰੇ ਵਿਸ਼ਵਾਸੀ ਕਿਉਂ ਪਰੇਸ਼ਾਨੀ ਦੇ ਵਿੱਚ ਹਨ, ਕਿਉਂ ਪ੍ਰੋਬਲਮ ਦੇ ਵਿੱਚ ਹਨ, ਕਿਉਂ ਮੁਸ਼ਕਲਾਂ ਦੇ ਵਿੱਚ ਹਨ, ਕਿਉਂ ਬਿਮਾਰੀਆਂ ਦੇ ਵਿੱਚ ਹਨ? ਕਿਉਂਕਿ ਉਹ ਪ੍ਰਾਰਥਨਾ ਨਹੀਂ ਕਰਦੇ। ਔਰ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਚਾਹੀਦਾ, ਪ੍ਰਾਰਥਨਾ ਦੇ ਵਿੱਚ ਲੱਗੇ ਰਹਿਣਾ ਚਾਹੀਦਾ। ਪ੍ਰਾਰਥਨਾ ਦੇ ਵਿੱਚ ਕੀ ਕਰਨਾ ਚਾਹੀਦਾ? ਲੱਗੇ ਰਹਿਣਾ ਚਾਹੀਦਾ। ਪ੍ਰਾਰਥਨਾ ਲਈ ਸਾਡੀ ਜ਼ੁਬਾਨ ਨਹੀਂ ਖੁੱਲਦੀ। ਮੈਂ ਦੇਖਿਆ ਕਈ ਭੈਣਾਂ ਦੀ ਪ੍ਰਾਰਥਨਾ ਲਈ ਜ਼ਬਾਨ ਨਹੀਂ ਖੁੱਲਦੀ, ਲੜਾਈ ਲਈ ਭਾਵੇਂ ਤੇ ਉਹ ਸੁੱਟ ਸੁੱਟ ਕੇ ਜਾਣਗੇ ਲੜਨ ਦੇ ਵਾਸਤੇ, ਪਰ ਪ੍ਰਾਰਥਨਾ ਲਈ ਜ਼ਬਾਨ ਖੁੱਲਦੀ ਨਹੀਂ। ਔਰ ਪ੍ਰਾਰਥਨਾ ਵੇਖੋ ਇਨਸਾਨ ਦੀ ਜ਼ਿੰਦਗੀ ਵਿੱਚ ਕੀ ਲਿਆਉਂਦੀ ਆ? ਬਰਕਤ ਲਿਆਉਂਦੀ ਆ, ਆਸਿਸ ਲਿਆਉਂਦੀ ਆ। ਇੱਥੇ ਯਾਬੇਸ਼ ਕਹਿ ਰਿਹਾ ਕਿ ਫਿਰ ਪੜਾਂਗੇ ਇੱਕ ਵਾਰੀ, ਅਤੇ ਯਾਬੇਸ਼ ਨੇ ਇਸਰਾਇਲ ਦੇ ਪਰਮੇਸ਼ਰ ਅੱਗੇ ਬੇਨਤੀ ਕਰਕੇ ਆਖਿਆ, ਔਰ ਯਾਬੇਸ਼ ਨੇ ਇਸਰਾਇਲ ਦੇ ਪਰਮੇਸ਼ਰ ਅੱਗੇ ਬੇਨਤੀ ਕਰਕੇ ਆਖਿਆ, ਕਾਸ਼ ਕਿ ਤੂੰ ਮੈਨੂੰ ਸੱਚਮੁੱਚ ਬਰਕਤ ਦਿੰਦਾ। ਔਰ ਉਹਨੇ ਕਿਹਾ ਕਿ ਤੂੰ ਮੈਨੂੰ ਕੀ ਦਿੰਦਾ? ਬਰਕਤ ਦਿੰਦਾ। ਹਾਂਜੀ, ਮੇਰੀਆਂ ਹੱਥਾਂ ਨੂੰ ਵਧਾਉਂਦਾ, ਔਰ ਮੇਰੀਆਂ ਹੱਥਾਂ ਨੂੰ ਵਧਾਉਂਦਾ, ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ, ਔਰ ਤੇਰਾ ਹੱਥ ਮੇਰੇ ਨਾਲ ਰਹਿੰਦਾ। ਔਰ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਸੁਣੀ,
ਕੀ ਖੋਲਿਆ? ਉਹਨੇ ਆਪਣਾ ਮੂੰਹ ਖੋਲਿਆ, ਆਪਣੀ ਜ਼ੁਬਾਨ ਖੋਲੀ ਪਰਮੇਸ਼ਰ ਅੱਗੇ, ਔਰ ਪਰਮੇਸ਼ਰ ਨੇ ਉਹਨੂੰ ਇੰਨਾ ਵਧਾਇਆ, ਇੰਨੀ ਬਰਕਤ ਦਿੱਤੀ, ਔਰ ਬਹੁਤ ਸਾਰੇ ਰਾਜਾਂ ਉੱਤੇ ਕੀ ਕਰਨ ਲੱਗ ਪਿਆ, ਰਾਜ ਕਰਨ ਲੱਗ ਪਿਆ। ਮੈਂ ਕਿਹਾ ਪਰਮੇਸ਼ਰ ਤੁਹਾਡੇ ਬਾਹਰ ਜਾਣ ਵਾਸਤੇ ਹੱਥਾਂ ਨੂੰ ਖੋਲ ਦੇਵੇ, ਤੁਹਾਡੇ ਰਸਤਿਆਂ ਨੂੰ ਖੋਲ ਦੇਵੇ। ਜਦੋਂ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰੋਗੇ, ਪਰਮੇਸ਼ਰ ਤੁਹਾਨੂੰ ਵਧਾਉਣਾ ਸ਼ੁਰੂ ਕਰੇਗਾ, ਤੁਹਾਨੂੰ ਆਸਿਸ ਕਰਨਾ ਸ਼ੁਰੂ ਕਰੇਗਾ, ਤੁਹਾਨੂੰ ਬਲੈਸ ਕਰਨਾ ਸ਼ੁਰੂ ਕਰੇਗਾ, ਔਰ ਤੁਹਾਨੂੰ ਬਰਕਤ ਦੇਣਾ ਸ਼ੁਰੂ ਕਰੇਗਾ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਪਰਮੇਸ਼ਰ ਤੁਹਾਨੂੰ ਵਧਾਉਂਦਾ ਵਾ, ਤੁਹਾਡੇ ਬਿਜ਼ਨਸ ਨੂੰ ਵਧਾਉਂਦਾ, ਔਰ ਤੁਹਾਨੂੰ ਬਰਕਤ ਦਿੰਦਾ ਵਾ, ਤੁਹਾਡੇ ਕਾਰੋਬਾਰ ਨੂੰ ਬਰਕਤ ਦਿੰਦਾ, ਤੁਹਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਲਿਆਉਂਦਾ, ਤੁਹਾਡੇ ਘਰਾਂ ਵਿੱਚੋਂ ਹਰ ਇੱਕ ਪ੍ਰੋਬਲਮ ਨੂੰ, ਝਗੜੇ ਨੂੰ, ਪਰੇਸ਼ਾਨੀਆਂ ਨੂੰ, ਬਿਮਾਰੀਆਂ ਨੂੰ ਖਤਮ ਕਰਦਾ, ਜਦੋਂ ਤੁਸੀਂ ਕੀ ਕਰਦੇ ਹੋ? ਪ੍ਰਾਰਥਨਾ ਕਰਦੇ ਹੋ। ਹਾਲੇਲੂਇਆ। ਦੂਸਰਾ ਪੁਆਇੰਟ ਆ, ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਬਿਮਾਰੀ ਜਾਂਦੀ ਆ, ਕੀ ਮਿਲਦੀ ਆ? ਚੰਗਾਈ। ਪੜ੍ਹਾਂਗੇ ਯਸਾਇਆ 38 ਬਾਪ ਉਹਦੇ 4 ਐਤ ਪੜ੍ਹਾਂਗੇ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੇ ਤੁਹਾਡੇ ਸਰੀਰਾਂ ਨੂੰ ਬਿਮਾਰੀ ਛੱਡ ਕੇ ਜਾਂਦੀ ਆ। ਅੱਜ ਬਹੁਤ ਸਾਰੇ ਵਿਸ਼ਵਾਸੀ ਕਹਿੰਦੇ ਨੇ ਕਿ ਮੇਰੇ ਸਰੀਰ ਨੂੰ ਬਿਮਾਰੀ ਛੱਡ ਕੇ ਜਾਏ, ਮੇਰੇ ਜੀਵਨ ਵਿੱਚੋਂ ਵੱਡੀ ਤੋਂ ਵੱਡੀ ਪ੍ਰੋਬਲਮ, ਮੁਸ਼ਕਲ, ਪਰੇਸ਼ਾਨੀਆਂ ਜਾਣ, ਪਰ ਪ੍ਰਾਰਥਨਾ ਜ਼ੀਰੋ ਆ, ਪ੍ਰਾਰਥਨਾ ਹੈ ਹੀ ਨਹੀਂ ਆ। ਪਰ ਵਚਨ ਕਹਿੰਦਾ ਕੀ ਕਰਨੀ ਆ? ਪ੍ਰਾਰਥਨਾ ਕਰਨੀ। ਅਗਰ ਤੁਸੀਂ ਬਿਮਾਰ ਹੋ ਤੇ ਕੀ ਕਰੋ? ਪ੍ਰਾਰਥਨਾ। ਦੁੱਖ ਵਿੱਚ ਵੀ ਪ੍ਰਾਰਥਨਾ ਕਰੋ, ਖੁਸ਼ੀ ਦੇ ਵਿੱਚ ਵੀ ਪ੍ਰਾਰਥਨਾ ਕਰੋ, ਹਰ ਹਾਲ ਦੇ ਵਿੱਚ ਕੀ ਕਰਨੀ ਚਾਹੀਦੀ ਆ? ਪ੍ਰਾਰਥਨਾ ਕਰਨੀ ਚਾਹੀਦੀ ਆ, ਪ੍ਰਾਰਥਨਾ ਵਿੱਚ ਲੱਗੇ ਰਹਿਣਾ ਚਾਹੀਦਾ ਸਰ। ਹਾਂਜੀ। ਫਿਰ ਯਹੋਵਾ ਦਾ ਵਚਨ ਯਸ਼ਾਇਆ ਨੂੰ ਆਇਆ ਕਿ ਜਾ ਹਿਜਕੀਆ ਨੂੰ ਆਖ, ਭਈ ਯਹੋਵਾ ਤੇਰੇ ਪਿਤਾ ਦਾਊਦ ਦਾ ਪਰਮੇਸ਼ਰ ਐਵੇਂ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅਥਰੂ ਵੇਖੇ ਹਨ, ਵੇਖ ਮੈਂ ਤੇਰੀ ਉਮਰ ਵਿੱਚ 15 ਵਰੇ ਹੋਰ ਵਧਾਵਾਂਗਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਦਾ ਜਨ ਯਸਾਇਆ ਜਦੋਂ ਹਿਜਕੀਆ ਰਾਜਾ ਦੇ ਕੋਲ ਆਇਆ, ਔਰ ਉਹਨੇ ਕਿਹਾ ਕਿ ਦੇਖ ਤੇਰੀ ਉਮਰ ਕੀ ਹੋ ਚੁੱਕੀ ਆ, ਖਤਮ ਹੋ ਚੁੱਕੀ ਆ, ਤੂੰ ਜਾਣ ਵਾਲਾ ਧਰਤੀ ਨੂੰ ਛੱਡ ਕੇ, ਹੁਣ ਤੂੰ ਕੀ ਕਰ? ਆਪਣੀ ਜਾਇਦਾਦ, ਆਪਣੀ ਜ਼ਮੀਨ, ਆਪਣਾ ਰਾਜ ਕੀ ਕਰ? ਆਪਣੇ ਰਿਸ਼ਤੇਦਾਰਾਂ ਨੂੰ ਦੇ ਦੇ, ਕਿਉਂਕਿ ਉਹ ਬੇ ਔਲਾਦ ਸੀ, ਉਹਦੇ ਘਰ ਕੋਈ ਬੱਚਾ ਨਹੀਂ ਸੀ, ਪਰ ਉਹ ਪਰਮੇਸ਼ਰ ਦੇ ਨਾਲ ਵਫ਼ਾਦਾਰ ਸੀ, ਪਰਮੇਸ਼ਰ ਦੇ ਡਰ ਭੈ ਵਿੱਚ ਰਹਿੰਦਾ ਸੀ, ਉਹਦੇ ਹੁਕਮਾਂ ਚ ਰਹਿੰਦਾ ਸੀ, ਔਰ ਉਹਨੇ ਕੰਧ ਵੱਲ ਮੂੰਹ ਕਰਕੇ ਗਿੜਗਿੜਾ ਕੇ ਰੋ ਰੋ ਕੇ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ਰ, ਦੇਖ ਮੈਂ ਕਿੰਨੀ ਵਫ਼ਾਦਾਰੀ ਦੇ ਨਾਲ ਤੇਰੀ ਹਜ਼ੂਰੀ ਵਿੱਚ ਚੱਲਦਾ ਰਿਹਾ ਵਾ। ਤਾਂ ਵਚਨ ਵਿੱਚ ਲਿਖਿਆ ਕਿ ਯਸਾਇਆ ਅਜੇ ਉਹਦੇ ਗੇਟ ਤੋਂ ਬਾਹਰ ਨਹੀਂ ਸੀ ਗਿਆ, ਤਾਂ ਪਰਮੇਸ਼ਰ ਨੇ ਉਹਨੂੰ ਵਾਪਸ ਮੋੜਿਆ ਔਰ ਕਿਹਾ ਕਿ ਦੇਖ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਆ। ਹਾਲੇਲੂਇਆ। ਮੈਂ ਤੇਰੀ ਪ੍ਰਾਰਥਨਾ ਕੀ ਕਰ ਲਈ ਆ? ਸੁਣ ਲਈ ਆ। ਤੇਰੇ ਅੱਥਰੂ ਵੇਖੇ ਹਨ,
ਤੇਰਾ ਗਿਣ ਗਰਾਣਾ ਵੇਖਿਆ ਵਾ। ਵੇਖੋ ਪਰਮੇਸ਼ਰ ਸਾਡੀ ਪ੍ਰੋਬਲਮ ਨੂੰ ਜਾਣਦਾ ਆ। ਅਗਰ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਦੇ ਅੱਗੇ ਤਾਂ ਪਰਮੇਸ਼ਰ ਜਾਣਦਾ ਵਾ ਕਿ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ। ਜਦੋਂ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ ਤਾਂ ਉਹ ਪ੍ਰੋਬਲਮ ਸਰੀਰ ਵਿੱਚ ਵੱਧਦੀ ਜਾਏਗੀ, ਉਹ ਦੁਸ਼ਟ ਆਤਮਾ ਬਾਰ ਬਾਰ ਤੁਹਾਡੇ ਤੇ ਅਟੈਕ ਕਰਦਾ ਰਹੇਗਾ। ਵਚਨ ਵਿੱਚ ਲਿਖਿਆ ਕਿ ਪ੍ਰਾਰਥਨਾ ਕਰੋ ਤਾਂ ਕਿ ਤੁਹਾਡੇ ਤੇ ਦੁੱਖ ਨਾ ਆਏ, ਪਰਤਾਵਾ ਨਾ ਆਏ, ਪਰੇਸ਼ਾਨੀ ਨਾ ਆਏ। ਅੱਜ ਬਹੁਤ ਸਾਰੇ ਵਿਸ਼ਵਾਸੀ ਭਾਈ ਭੈਣ ਕਿਉਂ ਦੁੱਖਾਂ ਪਰੇਸ਼ਾਨੀਆਂ ਬਿਮਾਰੀਆਂ ਵਿੱਚ ਫਸੇ ਹੋਏ ਨੇ, ਕਿਉਂ ਉਹਨਾਂ ਦੇ ਘਰਾਂ ਵਿੱਚੋਂ ਝਗੜੇ ਨਹੀਂ ਜਾ ਰਹੇ, ਕਿਉਂ ਉਹਨਾਂ ਦੇ ਘਰਾਂ ਵਿੱਚੋਂ ਪਰੇਸ਼ਾਨੀ ਨਹੀਂ ਜਾ ਰਹੀ? ਕਿਉਂਕਿ ਪ੍ਰਾਰਥਨਾ ਹੈ ਹੀ ਨਹੀਂ, ਤੇ ਤਾਂ ਹੀ ਘਰਾਂ ਦੇ ਵਿੱਚ ਝਗੜੇ ਨੇ, ਪਰੇਸ਼ਾਨੀਆਂ ਨੇ, ਬਿਮਾਰੀਆਂ ਨੇ, ਗਰੀਬੀ ਆ, ਲੜਾਈ ਆ, ਦੁੱਖ ਆ। ਪ੍ਰਾਰਥਨਾ ਜ਼ਰੂਰੀ ਆ। ਔਰ ਵਚਨ ਦੇ ਵਿੱਚ ਲਿਖਿਆ ਕਿ ਜਸਾਇਆ ਨੇ ਪ੍ਰਾਰਥਨਾ ਕੀਤੀ ਆ, ਹਿਜ਼ਕੀਆ ਨੇ ਪ੍ਰਾਰਥਨਾ ਕੀਤੀ ਔਰ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦਿੱਤਾ। ਔਰ ਪਰਮੇਸ਼ਰ ਦੇ ਦਾਸ ਨੇ ਕਿਹਾ ਕਿ ਤੇਰੀ ਪ੍ਰਾਰਥਨਾ ਸੁਣੀ ਗਈ ਆ। ਤੇਰੀ ਪ੍ਰਾਰਥਨਾ ਕੀ ਹੋ ਗਈ ਆ? ਸੁਣੀ ਗਈ ਆ। ਅੱਜ ਅਸੀਂ ਕਹਿੰਦੇ ਆ ਮੈਨੂੰ ਕਈ ਸਾਲ ਹੋ ਗਏ ਨੇ ਬਿਮਾਰੀ ਦੇ ਵਿੱਚ ਪਰ ਮੇਰੀ ਬਿਮਾਰੀ ਨਹੀਂ ਜਾ ਰਹੀ, ਮੈਨੂੰ ਕਈ ਸਾਲ ਹੋ ਗਏ ਨੇ ਦੁਸ਼ਟ ਆਤਮਾ ਨੇ ਜਕੜਿਆ ਹੈ ਪਰ ਮੈਨੂੰ ਦੁਸ਼ਟ ਆਤਮਾ ਨਹੀਂ ਛੱਡ ਰਿਹਾ, ਮੈਨੂੰ ਕਈ ਸਮਾਂ ਹੋ ਗਿਆ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਪਰ ਉਹ ਦੁਸ਼ਟ ਆਤਮਾ ਦੇ ਅਟੈਕ ਨਹੀਂ ਹਟ ਰਹੇ। ਅਗਰ ਤੁਸੀਂ ਲਗਾਤਾਰ ਪ੍ਰਾਰਥਨਾ ਕਰੋ, ਫਾਸਟਿੰਗ ਰੱਖ ਕੇ, ਸ਼ੈਤਾਨ ਤੁਹਾਡੀ ਬੋਡੀ ਨੂੰ ਛੱਡ ਕੇ ਜਾਏਗਾ, ਉਹਨੂੰ ਜਾਣਾ ਪਏਗਾ। ਕਿਉਂਕਿ ਉਹ ਜਦੋਂ ਦੇਖੇਗਾ ਕਿ ਇਹ ਘਰ ਹੁਣ ਕੀ ਬਣ ਚੁੱਕਾ ਵਾ, ਇਹ ਘਰ ਦੇ ਅੰਦਰ ਪ੍ਰਭੂ ਯਿਸੂ ਮਸੀਹ ਆ ਚੁੱਕਾ ਹੈ, ਇਸ ਘਰ ਦੇ ਅੰਦਰ ਵਚਨ ਆ ਚੁੱਕਾ ਹੈ, ਇਸ ਘਰ ਦੇ ਅੰਦਰ ਫਾਸਟਿੰਗ ਆ ਚੁੱਕੀ ਆ, ਤਾਂ ਸ਼ੈਤਾਨ ਨੂੰ ਉਹ ਅਟੈਕਾਂ ਨੂੰ ਤੁਹਾਡੀ ਜ਼ਿੰਦਗੀ ਵਿੱਚੋਂ ਜਾਣਾ ਪਏਗਾ। ਹਾਲੇਲੂਇਆ, ਹਾਲੇਲੂਇਆ। ਅਗਰ ਤੁਸੀਂ ਪ੍ਰਾਰਥਨਾ 10 ਮਿੰਟ ਦੀ ਕਰ ਰਹੇ ਹੋ ਉਹਦੇ ਨਾਲ ਤੁਹਾਡੇ ਅਟੈਕ ਨਹੀਂ ਰੁਕਣੇ, ਉਹਦੇ ਨਾਲ ਤੁਹਾਡੀਆਂ ਪ੍ਰੋਬਲਮਾਂ ਨਹੀਂ ਜਾਣੀਆਂ, ਮੁਸ਼ਕਲਾਂ ਨਹੀਂ ਜਾਣੀਆਂ। ਔਰ ਆਪਣੇ ਸਾਹਾਂ ਦੇ ਵਾਸਤੇ ਤੁਹਾਡੀ ਪ੍ਰਾਰਥਨਾ ਘੱਟੋ ਘੱਟ 2 ਘੰਟੇ 30 ਮਿੰਟ ਹੋਣੀ ਚਾਹੀਦੀ। ਅੱਜ ਸਾਡੀ ਪ੍ਰਾਰਥਨਾ ਕਈ 10 ਮਿੰਟ ਕਰ ਰਹੇ ਨੇ, 5 ਮਿੰਟ ਪ੍ਰਾਰਥਨਾ ਕਰ ਰਹੇ ਨੇ ਤੇ ਖੁਦਾ ਦੇ ਕੋਲ ਕੀ ਮੰਗ ਰਹੇ ਨੇ? ਵੱਡੀਆਂ ਵੱਡੀਆਂ ਬਰਕਤਾਂ ਮੰਗ ਰਹੇ ਨੇ, ਚੰਗੀ ਸਿਹਤ ਮੰਗ ਰਹੇ ਨੇ, ਬਿਜ਼ਨਸ ਮੰਗ ਰਹੇ ਨੇ, ਕਈ ਕਈ ਮੰਗਾਂ ਪਰਮੇਸ਼ੁਰ ਦੇ ਕੋਲੋਂ ਰੱਖ ਰਹੇ ਨੇ। ਔਰ ਇੱਥੇ ਹਿਜ਼ਕੀਆ ਪ੍ਰਾਰਥਨਾ ਕਰ ਰਿਹਾ ਕਿਉਂਕਿ ਪਹਿਲਾਂ ਵੀ ਪਰਮੇਸ਼ੁਰ ਦਾ ਡਰ ਰੱਖਦਾ ਸੀ, ਵਚਨ ਨੂੰ ਜਾਣਦਾ ਸੀ, ਪਰਮੇਸ਼ੁਰ ਦੀ ਹਜ਼ੂਰੀ ਦੇ ਨਾਲ ਜੁੜਿਆ ਹੋਇਆ ਸੀ, ਲਗਾਤਾਰ ਉਹਦੀ ਸੰਗਤੀ ਕਰਦਾ ਸੀ। ਪਰ ਜਦੋਂ ਉਹਦੇ ਸਰੀਰ ਤੇ ਪ੍ਰੋਬਲਮ ਆਈ ਤਾਂ ਉਹਨੇ ਪਰਮੇਸ਼ੁਰ ਨੂੰ ਪੁਕਾਰਿਆ। ਉਹ ਜਾਣਦਾ ਵਾ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਅੱਗੇ ਗਿੜ ਗਿੜਾ ਕੇ ਕੁਝ ਵੀ ਮੰਗਾਂਗੇ ਤਾਂ ਉਹ ਪਰਮੇਸ਼ੁਰ ਦੇਵੇਗਾ। ਵਚਨ ਵਿੱਚ ਲਿਖਿਆ ਮੰਗੋਗੇ ਤਾਂ ਤੁਹਾਨੂੰ ਦਿੱਤਾ, ਢੂੰਡੋਗੇ ਤਾਂ ਪਾਓਗੇ। ਮੰਗਣਾ ਵਾ, ਅਗਰ ਤੁਹਾਡੀ ਪ੍ਰਾਰਥਨਾ ਸੁਣੀ ਨਹੀਂ ਜਾ ਰਹੀ ਫਾਸਟਿੰਗ ਰੱਖ ਕੇ ਪ੍ਰਾਰਥਨਾ ਕਰੋ,
ਫਾਸਟਿੰਗ ਤੁਸੀਂ ਪੂਰਾ ਨਹੀਂ ਰੱਖ ਸਕਦੇ, 2 ਵਜੇ ਤੱਕ ਰੱਖ ਲਓ, 12 ਵਜੇ ਤੱਕ ਰੱਖ ਲਓ, ਉਹ ਪ੍ਰਾਰਥਨਾ ਦਾ ਜਵਾਬ ਆਏਗਾ। ਹਾਲੇਲੂਇਆ। ਪੜਾਂਗੇ ਜੀ। ਵੇਖ ਮੈਂ ਤੇਰੀ ਉਮਰ ਵਿੱਚ 15 ਵਰੇ ਹੋਰ ਵਧਾਵਾਂਗਾ। ਹਾਲੇਲੂਇਆ। ਔਰ ਪਰਮੇਸ਼ਰ ਨੇ ਉਹਦੀ ਉਮਰ ਨੂੰ ਕਿੰਨਾ ਵਧਾ ਦਿੱਤਾ? 15 ਸਾਲ ਵਧਾ ਦਿੱਤਾ। ਕਿੱਥੇ ਉਹਨੂੰ ਜਵਾਬ ਹੋ ਗਿਆ ਕਿ ਤੂੰ ਹੁਣ ਖਤਮ ਹੋਣ ਵਾਲਾ, ਤੇਰੀ ਉਮਰ ਦੇ ਦਿਨ ਖਤਮ ਹੋ ਚੁੱਕੇ ਹਨ, ਆਪਣੀ ਜਾਇਦਾਦ ਜ਼ਮੀਨ ਲਿਖ ਦੇ। ਔਰ ਉਹਦੀ ਪ੍ਰਾਰਥਨਾ ਦਾ ਜਵਾਬ ਆਇਆ, ਉਮਰ ਉਹਦੀ ਕਿੰਨੀ ਵੱਧ ਗਈ? 15 ਸਾਲ। ਪਰਮੇਸ਼ਰ ਲਈ ਕੋਈ ਕੰਮ ਕਠਿਨ ਆ, ਕੋਈ ਕੰਮ ਮੁਸ਼ਕਿਲ ਆ? ਪਰਮੇਸ਼ਰ ਉਹਦੇ ਲਈ ਕੋਈ ਵੀ ਕੰਮ ਕਠਿਨ ਨਹੀਂ ਆ, ਉਹ ਸਭ ਕੁਝ ਕਰ ਸਕਦਾ ਅਗਰ ਤੁਸੀਂ ਜਿੱਦ ਨਾਲ ਮੰਗੋਗੇ, ਜਿੱਦ ਰੱਖ ਕੇ ਮੰਗੋਗੇ ਕਿ ਪਰਮੇਸ਼ਰ ਮੈਨੂੰ ਆਹ ਚੀਜ਼ ਚਾਹੀਦੀ ਆ, ਆਹ ਬਰਕਤ ਚਾਹੀਦੀ ਆ, ਇਹ ਆਸਿਸ ਚਾਹੀਦੀ ਆ, ਇਹ ਮੈਨੂੰ ਮਿਲਣੀ ਚਾਹੀਦੀ ਆ, ਇਸ ਇੰਨੇ ਦਿਨਾਂ ਦੇ ਵਿੱਚ ਮਿਲਣੀ ਚਾਹੀਦੀ ਆ, ਇਸੇ ਮਹੀਨੇ ਦੇ ਵਿੱਚ ਮਿਲਣੀ ਚਾਹੀਦੀ ਆ, ਉਹ ਪਰਮੇਸ਼ਰ ਜ਼ਰੂਰ ਤੁਹਾਡੀ ਪ੍ਰਾਰਥਨਾ ਸੁਣੇਗਾ ਔਰ ਤੁਹਾਨੂੰ ਉਹ ਬਰਕਤ ਦੇਗਾ। ਹਾਲੇਲੂਇਆ, ਹਾਲੇਲੂਇਆ। ਅੱਜ ਵਿਸ਼ਵਾਸੀ ਕਹਿੰਦਾ ਕਿ ਮੇਰੀ ਪ੍ਰਾਰਥਨਾ ਦਾ ਜਵਾਬ ਨਹੀਂ ਆ ਗਿਆ, ਮੇਰੀ ਪ੍ਰੋਬਲਮ ਨਹੀਂ ਹੱਲ ਹੋ ਰਹੀ, ਮੇਰੀ ਮੁਸ਼ਕਿਲ ਹੱਲ ਨਹੀਂ ਹੋ ਰਹੀ। ਪਰ ਵਚਨ ਤੇ ਕਹਿੰਦਾ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਕੇ ਜੋ ਕੁਝ ਸਵਰਗ ਤੋਂ ਮੰਗ ਲਿਆ ਧਰਤੀ ਤੇ ਰਹਿ ਕੇ, ਉਹ ਤੁਹਾਨੂੰ ਸਵਰਗ ਤੋਂ ਧਰਤੀ ਤੇ ਮਿਲੇਗਾ। ਹਾਲੇਲੂਇਆ, ਹਾਲੇਲੂਇਆ। ਉਹ ਪਰਮੇਸ਼ਰ ਉਮਰ ਨੂੰ ਵਧਾਉਂਦਾ ਵਾ, ਰੋਗ ਤੋਂ ਚੰਗਾ ਕਰਦਾ ਵਾ। ਉਹ ਪਰਮੇਸ਼ਰ ਨੇ ਹਿਜ਼ਕੀਆ ਨੂੰ ਕੈਂਸਰ ਦੇ ਰੋਗ ਤੋਂ ਚੰਗਾ ਕੀਤਾ ਤੇ ਉਹਦੇ ਰਾਜ ਨੂੰ ਵਧਾਇਆ, ਬਰਕਤ ਦਿੱਤੀ ਖੁਦਾ ਨੇ ਉਹਨੂੰ। ਤੇ ਉਹ ਪਰਮੇਸ਼ਰ ਅੱਜ ਵੀ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਹੈ। ਪ੍ਰੇਅਰਫੁੱਲ ਬਣੋ। ਤੀਸਰਾ ਪੁਆਇੰਟ ਆ ਕਿ ਪ੍ਰਾਰਥਨਾ ਬਾਂਝਪਨ ਨੂੰ ਖਤਮ ਕਰਦੀ ਹੈ। ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਪ੍ਰਾਰਥਨਾ ਕਰਨ, ਜਿਨ੍ਹਾਂ ਨੂੰ ਬੱਚਿਆਂ ਦੀ ਆਸਿਸ ਨਹੀਂ ਮਿਲਦੀ ਉਹ ਪ੍ਰਾਰਥਨਾ ਕਰਨ। ਕਈ ਵਾਰੀ ਭੈਣਾਂ ਪ੍ਰਾਰਥਨਾ ਨਹੀਂ ਕਰਦੀਆਂ ਪਰ ਭਾਈ ਦੀ ਪ੍ਰਾਰਥਨਾ ਦੇ ਨਾਲ ਉੱਤਰ ਮਿਲ ਜਾਂਦਾ। ਔਰ ਵਚਨ ਦੇ ਵਿੱਚ ਪੜ੍ਹਾਂਗੇ ਉਤਪਤ ਦੀ ਕਿਤਾਬ 25 ਬਾਬ ਉਹਦੀ 21 ਆਇਤ ਪੜ੍ਹਾਂਗੇ। ਇਜ਼ਹਾਕ ਨੇ ਯਹੋਵਾ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ। ਔਰ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਇਸਹਾਕ ਨੇ ਆਪਣੀ ਪਤਨੀ ਦੇ ਲਈ, ਰਿਬਕਾ ਦੇ ਲਈ ਕੀ ਕੀਤੀ? ਪ੍ਰਾਰਥਨਾ ਕੀਤੀ, ਕਿਉਂਕਿ ਉਹ ਬਾਂਝ ਸੀ। ਉਹੀ ਸਪਿਰਿਟ ਜਿਹੜੀ ਅਬਰਾਹਮ ਦੇ ਜੀਵਨ ਵਿੱਚ ਸੀ ਉਹ ਇਸਹਾਕ ਦੇ ਜੀਵਨ ਵਿੱਚ ਕੰਮ ਕਰ ਰਹੀ ਸੀ। ਅਬਰਾਹਮ ਨੂੰ 100 ਸਾਲ ਦੀ ਉਮਰ ਵਿੱਚ ਪੁੱਤਰ ਦੀ ਬਰਕਤ ਮਿਲੀ ਔਰ ਉਹੀ ਸਪਿਰਿਟ ਇਸਹਾਕ ਦੀ ਜ਼ਿੰਦਗੀ ਵਿੱਚ ਕੰਮ ਕਰ ਰਹੀ ਸੀ। ਔਰ ਇਸਹਾਕ ਪਰਮੇਸ਼ਰ ਦਾ ਡਰ ਪੈ ਰੱਖਣ ਵਾਲਾ ਮਨੁੱਖ ਸੀ, ਪਰਮੇਸ਼ਰ ਦੇ ਵਚਨ ਅਨੁਸਾਰ ਚੱਲਣ ਵਾਲਾ ਸੀ ਔਰ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਦਾ ਉੱਤਰ ਦਿੱਤਾ ਔਰ ਉਹਦੀ ਪਤਨੀ ਕੀ ਹੋਈ? ਗਰਭਵਤੀ ਹੋਈ। ਹਾਲੇਲੂਇਆ।
ਹਾਲੇਲੂਇਆ ਹਾਲੇਲੂਇਆ ਪ੍ਰਾਰਥਨਾ ਜਿਹੜੀ ਆ ਬਾਂਝਪਨ ਨੂੰ ਖਤਮ ਕਰਦੀ ਆ। ਅਗਰ ਤੁਸੀਂ ਭਾਵੇਂ ਔਰਤ ਆ ਭਾਵੇਂ ਆਦਮੀ ਆ, ਵਚਨ ਕਹਿੰਦਾ ਦੋ ਜਣੇ ਮਿਲ ਕੇ ਕਿਸੇ ਮਕਸਦ ਲਈ ਪ੍ਰਾਰਥਨਾ ਕਰਨ ਆਪਣੇ ਪਿਤਾ ਦੇ ਅੱਗੇ ਤਾਂ ਉਹ ਸਵਰਗ ਤੋਂ ਤੁਹਾਨੂੰ ਕੀ ਦੇਵੇਗਾ, ਤੁਹਾਡੀ ਪ੍ਰਾਰਥਨਾ ਸੁਣ ਕੇ ਉੱਤਰ ਦੇਵੇਗਾ ਔਰ ਉਹ ਤੁਹਾਡੀ ਬਰਕਤ ਤੁਹਾਨੂੰ ਵਾਪਸ ਦੇਵੇਗਾ। ਹਾਲੇਲੂਇਆ ਹਾਲੇਲੂਇਆ। ਔਰ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਇਸਾਕ ਨੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਔਰ ਉਹਦੀ ਪਤਨੀ ਗਰਭਵਤੀ ਹੋਈ। ਅੱਜ ਵੀ ਪਰਮੇਸ਼ਰ ਉਹਨਾਂ ਭੈਣਾਂ ਨੂੰ ਆਸਿਸ ਕਰੇਗਾ ਜਿਨ੍ਹਾਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਅਜੇ ਕੋਈ ਬਰਕਤ ਨਹੀਂ ਆ, ਆਸਿਸ ਨਹੀਂ ਆ, ਤਾਂ ਉਹ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨ ਤਾਂ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਵਿੱਚ ਬਾਂਝਪਨ ਨੂੰ ਖਤਮ ਕਰੇਗਾ ਔਰ ਉਹਨਾਂ ਨੂੰ ਬੱਚਿਆਂ ਦੀ ਆਸਿਸ ਦੇ ਨਾਲ ਬਲੈਸ ਕਰੇਗਾ। ਹਾਲੇਲੂਇਆ ਹਾਲੇਲੂਇਆ। ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਨੂੰ ਆਸਿਸ ਕਰੇ ਤਾਂ ਆਪਣੀ ਪ੍ਰੇਅਰ ਲਾਈਫ ਨੂੰ ਆਪਣਾ ਜੀਵਨ ਪਰਮੇਸ਼ਰ ਦੇ ਹੱਥਾਂ ਵਿੱਚ ਦੇਈਏ ਔਰ ਕਹਿਣਾ ਸ਼ੁਰੂ ਕਰੀਏ ਕਿ ਪਰਮੇਸ਼ਰ ਮੈਨੂੰ ਆਹ ਚੀਜ਼ ਦੀ ਜ਼ਰੂਰਤ ਆ। ਤੇਰੇ ਵਚਨ ਵਿੱਚ ਲਿਖਿਆ ਤੂੰ ਬੇਉਲਾਦ ਤੀਵੀਂ ਦਾ ਘਰ ਵਸਾਉਂਦਾ ਹੈ ਔਰ ਬੱਚਿਆਂ ਦੀ ਮਾਂ ਬਣਾ ਕੇ ਆਨੰਦ ਕਰਦਾ। ਵਚਨ ਦੇ ਵਿੱਚੋਂ ਪ੍ਰਾਰਥਨਾ ਕਰੋ, ਕਹੋ ਵਚਨ ਦੇ ਵਿੱਚ ਕਿ ਪਰਮੇਸ਼ਰ ਤੇਰੇ ਵਚਨ ਵਿੱਚ ਲਿਖਿਆ ਵਾ ਕਿ ਤੂੰ ਬੇਉਲਾਦ ਤੀਵੀਂ ਦਾ ਘਰ ਵਸਾਉਂਦਾ। ਜੇ ਤੁਸੀਂ ਵਚਨ ਵਿੱਚ ਕਹੋਗੇ ਪਰਮੇਸ਼ਰ ਨੂੰ ਕਹੋਗੇ ਤਾਂ ਉਹ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣੇਗਾ ਔਰ ਤੁਹਾਡੀ ਪ੍ਰਾਰਥਨਾ ਸੁਣ ਕੇ ਤੁਹਾਡੇ ਬਾਂਝਪਨ ਨੂੰ ਖਤਮ ਕਰੇਗਾ। ਹਾਲੇਲੂਇਆ ਹਾਲੇਲੂਇਆ। ਤੇ ਉਹ ਪਰਮੇਸ਼ਰ ਜਦੋਂ ਤੁਸੀਂ ਵਚਨ ਵਿੱਚ ਪ੍ਰਾਰਥਨਾ ਕਰੋਗੇ ਡੇਲੀ ਕਿ ਮੇਰੀ ਬੇਟੀ ਬਰਕਤ ਮੰਗ ਰਹੀ ਆ, ਇਹ ਮੇਰਾ ਬੇਟਾ ਆਸਿਸ ਮੰਗ ਰਿਹਾ, ਤਾਂ ਉਹ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦੇਵੇਗਾ। ਵੇਖੋ ਤੁਸੀਂ ਇੱਕ ਮਾਂ ਪਿਓ, ਅਗਰ ਤੁਹਾਡਾ ਬੱਚਾ ਜਿੱਦ ਕਰੇ ਕਿ ਪਾਪਾ ਮੈਨੂੰ ਮੋਟਰਸਾਈਕਲ ਚਾਹੀਦਾ, ਤੁਹਾਡੀ ਬੇਟੀ ਤੁਹਾਡੇ ਅੱਗੇ ਜਿੱਦ ਕਰੇ ਕਿ ਮੈਨੂੰ ਲਾਈਫ ਕੁਝ ਨਾ ਕੁਝ ਚਾਹੀਦਾ ਵਾ, ਲਾਈਫ ਟੋਪ ਚਾਹੀਦਾ, ਤਾਂ ਤੁਸੀਂ ਉਹਨਾਂ ਨੂੰ ਇਨਕਾਰ ਕਰਦੇ। ਤੁਸੀਂ ਭਾਵੇਂ ਕਰਜ਼ਾ ਚੁੱਕ ਲਓ ਪਰ ਉਹਨਾਂ ਨੂੰ ਜ਼ਰੂਰ ਉਹ ਬਰਕਤ ਦਿਓਗੇ, ਜ਼ਰੂਰ ਉਹ ਚੀਜ਼ ਲੈ ਕੇ ਦਿਓਗੇ ਜਿਹੜੀ ਬੱਚਿਆਂ ਨੇ ਤੁਹਾਡੇ ਅੱਗੇ ਰੱਖੀ ਹੋਏਗੀ, ਜਿਹੜੀ ਮੰਗ ਤੁਹਾਡੇ ਬੱਚੇ ਤੁਹਾਡੇ ਅੱਗੇ ਰੱਖਣਗੇ ਜ਼ਰੂਰ ਤੁਸੀਂ ਉਹਨਾਂ ਨੂੰ ਦਿਓਗੇ। ਇਸੇ ਤਰ੍ਹਾਂ ਉਹ ਸਵਰਗੀ ਪਿਤਾ ਵਾ, ਅਸੀਂ ਉਹਦੇ ਬੇਟੇ ਬੇਟੀਆਂ ਵਾ। ਜਦੋਂ ਅਸੀਂ ਆਪਣੇ ਪਿਤਾ ਦੇ ਅੱਗੇ ਕੋਈ ਮੰਗ ਰੱਖਦੇ ਹਾਂ ਤਾਂ ਉਹ ਪਿਤਾ ਸਾਨੂੰ ਕਦੇ ਸ਼ਰਮਿੰਦੇ ਨਹੀਂ ਹੋਣ ਦੇਗਾ। ਹਾਲੇਲੂਇਆ ਹਾਲੇਲੂਇਆ। ਮੇਰੀ ਮੰਗ ਹੈ ਕਿ ਪਰਮੇਸ਼ਰ ਆਉਣ ਵਾਲੇ ਦਿਨਾਂ ਵਿੱਚ ਇਹ ਚਰਚ ਨੂੰ ਵੀ ਬਣਾਏਗਾ ਤੇ ਚਰਚ ਫੁੱਲ ਭਰਿਆ ਹੋਏਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਉਹ
ਪਰਮੇਸ਼ਰ ਸਭ ਕੁਝ ਕਰ ਸਕਦਾ। ਚੌਥਾ ਪੁਆਇੰਟ ਆ ਪਵਿੱਤਰ ਆਤਮਾ ਦੀ ਸਮਰੱਥ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਪਵਿੱਤਰ ਆਤਮਾ ਦੀ ਸਮਰੱਥ ਸਾਡੇ ਤੇ ਉਤਰਦੀ ਆ। ਜਦੋਂ ਲਗਾਤਾਰ ਪ੍ਰਾਰਥਨਾ ਕਰਦੇ ਰਹੋਗੇ, ਕੋਈ ਮੰਗ ਨਹੀਂ ਰੱਖੋਗੇ ਪਰਮੇਸ਼ਰ ਦੇ ਅੱਗੇ ਔਰ ਕਹੋਗੇ ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਆ, ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਆ। ਔਰ ਵਚਨ ਦੇ ਵਿੱਚ ਲਿਖਿਆ ਕਿ ਜਿਸ ਸਮੇਂ ਪ੍ਰਭੂ ਯਿਸੂ ਮਸੀਹ ਸਵਰਗ ਵਿੱਚ ਉਠਾਏ ਗਏ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਸਹਾਇਕ ਦੇਵਾਂਗਾ, ਜਿਹੜਾ ਪਿਤਾ ਮੈਂ ਤੁਹਾਡੇ ਲਈ ਭੇਜੇਗਾ। ਔਰ ਵਚਨ ਦੇ ਵਿੱਚ ਲਿਖਿਆ ਕਿ ਜਿਸ ਸਮੇਂ ਪ੍ਰਭੂ ਯਿਸੂ ਮਸੀਹ ਉਠਾਏ ਗਏ, ਪੜਾਂਗੇ ਵਚਨ ਦੇ ਵਿੱਚੋਂ ਰਸੂਲਾਂ ਦੇ ਕਰਤੱਵ ਪਹਿਲਾ ਬਾਪ ਉਹਦੀ 14 ਐਤ ਪੜਾਂਗੇ। ਇਹ ਸਭ ਇੱਕ ਮਨ ਹੋ ਕੇ ਇਸਤਰੀਆਂ ਅਤੇ ਯਿਸੂ ਦੀ ਮਾਤਾ ਮਰੀਮ ਅਤੇ ਉਹਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਔਰ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਉਹ ਲਗਾਤਾਰ ਇੱਕ ਮਨ ਹੋ ਕੇ ਇਸਤਰੀਆਂ ਮਰੀਮ ਤੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਕੀ ਕਰ ਰਹੇ ਨੇ। 120 ਜਾਣੇ ਆ, ਉਹਨਾਂ ਨੂੰ ਪਤਾ ਕਿ ਪ੍ਰਭੂ ਯਿਸੂ ਮਸੀਹ ਉਠਾਏ ਗਏ ਨੇ, ਪਰ ਉਹ ਸ਼ੋਕ ਦੇ ਵਿੱਚ ਨਹੀਂ ਸੀ, ਨਿਰਾਸ਼ਾ ਦੇ ਵਿੱਚ ਨਹੀਂ ਸੀ, ਉਦਾਸੀ ਦੇ ਵਿੱਚ ਨਹੀਂ ਸੀ। ਉਹ ਜਾਣਦੇ ਸੀ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿ ਕੇ ਗਏ ਨੇ ਕਿ ਸਹਾਇਕ ਤੁਹਾਡੀ ਜ਼ਿੰਦਗੀ ਵਿੱਚ ਆਏਗਾ, ਹੈਲਪਰ ਤੁਹਾਡੀ ਜ਼ਿੰਦਗੀ ਵਿੱਚ ਆਏਗਾ, ਉਹ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ ਵਿੱਚ ਆਏਗਾ। ਔਰ ਕੋਈ ਮੰਗ ਨਹੀਂ ਰੱਖ ਰਹੇ, ਉਸ ਵਰਡ ਨੂੰ ਉਹਨਾਂ ਨੇ ਰਿਸੀਵ ਕੀਤਾ ਔਰ ਲਗਾਤਾਰ ਪ੍ਰਾਰਥਨਾ ਕਰ ਰਹੇ ਨੇ, ਲਗਾਤਾਰ ਪ੍ਰਾਰਥਨਾ ਕਰ ਰਹੇ ਨੇ। ਔਰ ਉਸ ਸਮੇਂ ਪਵਿੱਤਰ ਆਤਮਾ ਉਤਰਿਆ ਫਾਇਰ ਦੇ ਦੁਆਰਾ। ਵੇਖੋ ਉਹਨਾਂ ਨੇ ਪ੍ਰਾਰਥਨਾ ਕੀਤੀ ਲਗਾਤਾਰ ਔਰ ਅੱਗ ਦੀਆਂ ਛੀਪਾਂ ਉਹਨਾਂ ਤੇ ਉਤਰੀਆਂ ਉਸ ਸਮੇਂ ਔਰ ਮੰਡਰਾਈਆਂ। ਜਿਸ ਜਗ੍ਹਾ ਤੇ ਉਹ ਬੈਠੇ ਸਨ ਉਹ ਧਰਤੀ ਹਿੱਲ ਗਈ। ਹਾਲੇਲੂਇਆ, ਹਾਲੇਲੂਇਆ। ਔਰ ਜਿਹੜੇ ਉੱਥੇ ਲੋਕ ਦੇਖ ਰਹੇ ਸਨ ਉਹ ਸਭ ਹੈਰਾਨ ਹੋ ਗਏ, ਡਰ ਗਏ। ਔਰ ਉਹਨਾਂ 120 ਲੋਕਾਂ ਨੇ 3000 ਬਦਲ ਦਿੱਤਾ। ਅਗਰ ਤੁਸੀਂ ਪ੍ਰਾਰਥਨਾ ਕਰੋਗੇ, ਲਗਾਤਾਰ ਪ੍ਰਾਰਥਨਾ ਕਰੋਗੇ ਆਪਣੇ ਦਾਸ ਦੇ ਨਾਲ ਮਿਲ ਕੇ, ਤਾਂ ਤੁਸੀਂ ਇਸ ਚਰਚ ਨੂੰ ਬਦਲਦਾ ਵੇਖੋਗੇ। ਹਾਲੇਲੂਇਆ। ਆਪਣੇ ਆਪ ਨੂੰ ਤੁਸੀਂ ਬਦਲਦਾ ਵੇਖੋਗੇ, ਆਪਣੀ ਲਾਈਫ ਨੂੰ ਬਦਲਦਾ ਵੇਖੋਗੇ, ਆਪਣੇ ਜੀਵਨ ਨੂੰ ਬਦਲਦਾ ਦੇਖੋਗੇ, ਆਪਣੇ ਅੰਦਰ ਇੱਕ ਚੇਂਜ ਦੇਖੋਗੇ ਤੁਸੀਂ, ਜੇ ਤੁਸੀਂ ਲਗਾਤਾਰ ਪ੍ਰਾਰਥਨਾ ਕਰੋਗੇ। ਔਰ ਵਚਨ ਦੇ ਵਿੱਚ ਲਿਖਿਆ ਕਿ ਲਗਾਤਾਰ ਪ੍ਰਾਰਥਨਾ ਕਰਨ ਨਾਲ ਪਰਮੇਸ਼ਰ ਦੀ ਸਮਰੱਥ ਉਤਰਦੀ ਹੈ। ਜਿਹੜੇ ਲਗਾਤਾਰ ਪ੍ਰਾਰਥਨਾ ਕਰਦੇ ਆ ਪੂਰਾ ਹਫ਼ਤਾ ਉਹ ਹੱਥ ਉੱਠਣਾ, ਸਿਰਫ 10 ਕੁ ਦਿਨ ਲਗਾਤਾਰ ਪ੍ਰਾਰਥਨਾ ਕਰਨੀ ਆ। ਜੇ ਲਗਾਤਾਰ ਪ੍ਰਾਰਥਨਾ ਕਰੋਗੇ ਪਰਮੇਸ਼ਰ ਤੁਹਾਡੇ ਅੰਦਰ ਆਏਗਾ। ਜਦੋਂ ਅਸੀਂ ਪ੍ਰਕਾਸ਼ਿਤ ਵਾਕਿਆ 3:20 ਆਦਿ ਪੜ੍ਹਦੇ ਹਾਂ, ਉੱਥੇ ਲਿਖਿਆ ਦੇਖ ਮੈਂ ਬੂਹੇ ਅੱਗੇ ਖੜਕਾ ਰਿਹਾ, ਅਗਰ ਤੂੰ ਆਪਣੇ ਦਿਲ ਦਾ ਦਰਵਾਜ਼ਾ ਖੋਲੇਗਾ ਤੇ ਮੈਂ ਉਹਦੇ ਅੰਦਰ ਆਵਾਂਗਾ ਔਰ ਤੇਰੇ ਨਾਲ ਪ੍ਰਸਾਦ ਸਕਾਂਗਾ।
ਵਚਨ ਚ ਲਿਖਿਆ ਜੇ ਤੂੰ ਮੇਰੇ ਵਿਚ ਰਹੇਗਾ ਤੇ ਮੇਰੀਆਂ ਗੱਲਾਂ ਤੇਰੇ ਵਿਚ ਰਹਿਣਗੀਆਂ, ਜੋ ਚਾਹੇ ਸੋ ਤੇਰੇ ਲਈ ਹੋ ਜਾਏਗਾ। ਜਦੋਂ ਤੁਸੀਂ ਲਗਾਤਾਰ 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 ਪ੍ਰਾਰਥਨਾ ਕਰਦੇ ਰਹੋਗੇ ਕਿ ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਆ, ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਆ, ਪਵਿੱਤਰ ਆਤਮਾ ਮੇਰੀ ਜ਼ਿੰਦਗੀ ਵਿੱਚ ਆ, ਪਵਿੱਤਰ ਆਤਮਾ ਮੇਰੀ ਜ਼ਿੰਦਗੀ ਵਿੱਚ ਆ। ਉਹ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ ਵਿੱਚੋਂ ਸ਼ੈਤਾਨ ਦੇ ਬੰਧਨਾਂ ਨੂੰ ਤੋੜੇਗਾ ਪਹਿਲੇ ਨੰਬਰ ਤੇ, ਪਹਿਲੇ ਨੰਬਰ ਤੇ ਤੁਹਾਡੀ ਲਾਈਫ ਨੂੰ ਚੇਂਜ ਕਰੇਗਾ, ਤੁਹਾਡੇ ਜੀਵਨ ਨੂੰ ਚੇਂਜ ਕਰੇਗਾ, ਤੁਹਾਡੇ ਘਰਾਣੇ ਨੂੰ ਚੇਂਜ ਕਰੇਗਾ, ਤੁਹਾਡੇ ਹਰ ਇੱਕ ਚੀਜ਼ ਤੇ ਆਸੀਸ ਕਰੇਗਾ। ਉਹ ਪਰਮੇਸ਼ਰ ਦਾ ਆਤਮਾ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਆਏਗਾ। ਅੱਜ ਕਿੰਨੇ ਚਾਹੁੰਦੇ ਨੇ ਕਿ ਪਰਮੇਸ਼ਰ ਦਾ ਆਤਮਾ ਮੇਰੀ ਜ਼ਿੰਦਗੀ ਵਿੱਚ ਆਏ? ਜਦੋਂ ਪ੍ਰਾਰਥਨਾ ਕਰਨੀ ਹੈ ਇੱਕ ਮਨ ਹੋ ਕੇ, ਅੱਖਾਂ ਬੰਦ ਕਰਕੇ, ਤਾਂ ਪਰਮੇਸ਼ਰ ਦਾ ਆਤਮਾ ਤੁਹਾਨੂੰ ਫਾਇਰ ਦੇ ਦੁਆਰਾ ਸੂਏਗਾ, ਮਸਾਂ ਦੇ ਦੁਆਰਾ ਸੂਏਗਾ, ਅੱਗ ਦੇ ਦੁਆਰਾ ਤੁਹਾਨੂੰ ਸੂਏਗਾ। ਵਚਨ ਦੇ ਵਿੱਚ ਲਿਖਿਆ ਕਿ ਇਸਤਰੀਆਂ ਔਰ ਆਦਮੀ ਕੀ ਕਰ ਰਹੇ ਸਨ? ਲਗਾਤਾਰ ਪ੍ਰਾਰਥਨਾ ਕਰ ਰਹੇ ਸਨ। ਪਰਮੇਸ਼ਰ ਦੇ ਆਤਮਾ ਨੇ ਔਰਤਾਂ ਨੂੰ ਵੀ ਛੂਇਆ ਔਰ ਆਦਮੀਆਂ ਨੂੰ ਵੀ ਛੂਇਆ, ਔਰ ਉਹ ਸਾਰੇ ਭਰ ਗਏ ਪਵਿੱਤਰ ਆਤਮਾ ਦੇ ਨਾਲ। ਅੱਜ ਤੁਸੀਂ ਭਰ ਕੇ ਜਾਣਾ ਵਾ, ਆਪਣੇ ਮਨਾਂ ਨੂੰ ਖਾਲੀ ਕਰਕੇ ਜਾਣਾ ਵਾ, ਔਰ ਫਰੀ ਹੋ ਕੇ ਜਾਣਾ ਵਾ। ਜੋ ਬੋਝ ਤੁਹਾਡੇ ਜੀਵਨ ਦੇ ਵਿੱਚ ਆ, ਤੁਹਾਡੇ ਸਰੀਰਾਂ ਦੇ ਵਿੱਚ ਆ, ਉਸ ਬੋਝ ਨੂੰ ਸੁੱਟ ਕੇ ਜਾਣਾ ਵਾ। ਉਹ ਕਿਸੇ ਵੀ ਤਰ੍ਹਾਂ ਦਾ ਬੋਝ ਕਿਉਂ ਨਾ ਹੋਵੇ, ਅੱਜ ਸੁੱਟ ਕੇ ਜਾਣਾ। ਕਹਿਣਾ ਪਵਿੱਤਰ ਆਤਮਾ, ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੀ ਹਾਂ, ਆਈ ਆਪਣੇ ਪੈਰਾਂ ਤੇ।